ਫਸਟ ਰਾਉਂਡ ਨੇ ਗੁਣਾ ਨਹੀਂ ਤੁਹਾਨੂੰ ਪਤਾ ਕਿ ਇਲੈਕਸ਼ਨ ਸਿਰ ਤੇ ਆਇਆ ਖੋਤਾ ਵਾ ਦਿਨ ਰਹਿ ਗਏ ਪੰਜ ਪੰਜਾਂ ਦਿਨਾਂ ਦੇ ਵਿੱਚ ਹੁਣ ਤੁਹਾਡੀ ਕੁੱਤੀ ਮਰ ਗਈ ਕੁਕੜੀ ਮਰ ਗਈ ਐਮਐਨਐਪੀਐਨ ਟੋਕ ਪੈਣਾ ਤੁਹਾਡੇ ਦਰਵਾਜ਼ੇ ਤੇ ਉਹਨੇ ਕਹਣਾ ਜੀ ਸਰਕਾਰ ਜੀ ਚੌਧਰੀ ਸਾਹਿਬ ਮਸੱਲੀ ਨੂੰ ਉਹਨੇ ਚੌਧਰੀ ਤੇ ਰਾਣਾ ਕਹਿ ਦੇਣਾ ਠੀਕ ਹੈ ਨਾ ਜੀ ਵਿਚੋਈ ਸਾਹਿਬ ਆਗੇ ਮੀਆਂ ਸਾਹਿਬ ਆਗੇ ਰਾਣਾ ਸਾਹਿਬ ਆ ਤੁਸੀਂ ਜਿਹਨੂੰ ਤੁਸੀਂ ਵੋਟ ਪਾਉਣਾ ਵਾ ਉਹਦੇ ਵਿੱਚ ਦੇਖਣਾ ਕਿ ਸਾਡੇ ਮਸਾਇਲ ਨੂੰ ਇਹ ਜਾ ਕੇ ਅਸੈਂਬਲੀ ਦੇ ਵਿੱਚ ਉਜਾਗਰ ਕਰੇਗਾ ਜਾਂ ਉੱਥੇ ਜਾ ਕੇ ਭੁੰਨੇ ਹੋਏ ਸਰਕਾਰੀ ਬੱਕਰੇ ਖਾਏਗਾ ਉਥੇ ਜਖੜੀਆਂ ਪੀਵੇਗਾ ਉਥੋਂ ਠੀਕ ਹੈ ਨਾ ਉਹ ਜੇ ਐਮਪੀਆ ਐਮਐਨਏ ਨੂੰ ਤੁਸੀਂ ਭਜਾ ਦਿਓ ਜਿਹੜਾ ਪੰਜਾਂ ਸਾਲਾਂ ਬਾਅਦ ਤੁਹਾਨੂੰ ਮੂੰਹ ਬਖੌਂਦਾ ਤੁਹਾਨੂੰ ਸ਼ਕਲ ਹੀ ਭੁੱਲੀ ਪਈ ਐ ਐਮਐਨਏ ਐਮਪੀਆ ਤੁਸੀਂ ਤਸਵੀਰ ਵੇਖ ਕੇ ਕਹਿੰਦੇ ਕੀ ਬਾਤ ਐ ਇਹ ਸਾਡਾ ਐਮਪੀਆ ਐਮਐਨਏ ਨਹੀਂ ਉਹਨੂੰ ਵੋਟ ਨਹੀਂ ਪਾਉਣਾ ਜਿਹੜਾ ਕਿਸਾਨਾਂ ਵਾਸਤੇ ਕੁਝ ਨਹੀਂ ਕਰਦਾ ਜਿਹੜਾ ਕਿ ਅਚੰਦਨ ਪਹਿਲਾਂ ਜਦੋਂ ਆਪਾਂ ਕਿਸਾਨਾਂ ਨੇ ਕਣਕਾਂ ਬੀਜੀਆਂ ਕੋਈ ਐਮਐਨਏ ਜਿਹੜਾ ਐਮਐਨਏ ਐਮਪੀਆ ਨੇ ਕਿਸਾਨ ਦੀ ਰਣਮਾਈ ਨਹੀਂ ਕੀਤੀ ਇਹਨੇ ਜਿਹੜੇ ਜੇਸ ਐਮਐਨਏ ਐਮਪੀਆ ਨੇ ਇਹ ਕਿਹਾ ਵੀ ਖਾਦਾ ਸਸਤੀਆਂ ਹੋਣੀਆਂ ਚਾਹੀਦੀਆਂ ਆਪਣੇ ਵਾਸਤੇ ਨਿਕਲਿਆ ਆਪਣੇ ਹਕੂਕ ਵਾਸਤੇ ਨਿਕਲਿਆ ਆਵਾਮ ਦੇ ਹਕੂਕ ਵਾਸਤੇ ਨਿਕਲਿਆ ਵੋਟਰ ਨੂੰ ਪਾ ਦਿਓ ਜਿਹੜਾ 5 ਸਾਲਾਂ ਬਾਅਦ ਵੜਦਾ ਉਹਨੂੰ ਕੋਈ ਅਹਿਸਾਸ ਨਹੀਂ ਹੈਗਾ ਕਿ ਖਾਦਾ ਕਿੱਥੇ ਗਈਆਂ ਵਾ ਖਾਧਾ ਵਾਰੀਓ ਸੁਮਨ ਬੁੱਕ ਮਨੂਮੀ ਹੋਣ ਦਾ ਮਿਸਤਾਕ ਬਣ ਕੇ ਘਰ ਜਿਹੜਾ ਰਜ਼ਾਈ ਲੈ ਕੇ ਸੁੱਤਾ ਰਿਆ ਵਾ ਟਿਕਟੋਕ ਖੇਡਦਾ ਰਿਆ ਉਸ ਐਮਐਨਏ ਪੀਐਨ ਨੂੰ ਆਪਾਂ ਹਰਗਿਜ਼ ਵੋਟ ਨਹੀਂ ਪਾਉਣਾ ਹੈਗਾ ਉਹ ਭਾਵੇਂ ਕਸਮਾਂ ਚੱਕੇ ਕਰਾਨ ਚੱਕੇ ਇੱਕ ਕਸਮਾਂ ਕਰਾਨ ਇਹਨਾਂ ਨੇ ਹੁਣ ਨਹੀਂ ਚੱਕੇ ਪਿਛੇ 76 ਸਾਲਾਂ ਤੋਂ ਚੱਕੀ ਜਾ ਰਹੇ ਆ ਇਸ ਕਰਕੇ ਹੁਣ ਮੌਕਾ ਵਾ ਹੁਣ ਹੁਣ ਜਾਗ ਜੋ ਜੇ ਸੁੱਥੇ ਹੀ ਰਹਿਣਾ ਵਾ ਤੇ ਫਿਰ ਸੁੱਤੇ ਰੋ ਫਿਰ ਜਿਹਨੂੰ ਜੀ ਕਰਦਾ ਉੱਤੇ ਠੱਪਾ ਲਾ ਦਿਓ ਠੀਕ ਆ ਮੇਰੀ ਇਹ ਗੁਜ਼ਾਰਿਸ਼ ਆ ਕਿ ਵੋਟ ਸੋਚ ਸਮਝ ਕੇ ਪਾਓ ਮਿਹਰਬਾਨੀ ਤੁਹਾਡੀ ਜਿਹੜਾ ਕੱਲੋਂ ਸਾਡੇ ਕਿਸਾਨਾਂ ਵਾਸਤੇ ਚੰਗਾ ਭਲਾ ਹੋ ਜਵੇ ਜਿਹੜਾ ਅੱਛੀ ਕਾਨੂੰਨ ਸਾਜ਼ੀ ਕਰ ਜਿਓ ਕਿਸਾਨਾਂ ਵਾਸਤੇ ਜੇ ਸਾਡੀਆਂ ਮੱਕੀਆਂ ਸਾਡੀਆਂ ਕਣਕਾਂ ਸਾਡੇ ਇਹ ਫਸਲਾਂ ਇਦਾਂ ਹੀ ਮਰਬਿਆਂ ਚ ਰੁੱਲੀਆਂ ਆ ਨਾ ਤੇ ਫੇਰ ਉਹਨੂੰ ਵੋਟ ਨਾ ਪਾਓ ਰਹਿਣ ਦਿਓ ਉਹਨੂੰ ਵੋਟ ਪਾਉਣ ਨੂੰ ਕੋਈ ਹੌਲ ਲੱਭੋ ਠੀਕ ਹੈ ਨਾ ਤੇ ਮਿਹਰਬਾਨੀ ਇਸ ਵੀਡੀਓ ਨੂੰ ਅੱਗੇ ਜਰਾ ਫਲਾ ਦਿਓ ਥੈਂਕ ਯੂ ਲਵ ਯੂ ਹੋ ਗਿਆ ਅੱਲਾ